ਸਤਿ ਸ਼੍ਰੀ ਅਕਾਲ ਲੋਕਰਨ ਪੰਜਾਬੀ ਤੇ ਸਵਾਗਤ ਹੈ ਮੈਂ ਗੁਰਜਿੰਦਰ ਸਿੰਘ ਫੰਗੂ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਜਰਨਲਿਸਟ ਪਰਮਿੰਦਰ ਸਿੰਘ ਰਾਇਪਰ ਪਰਮਿੰਦਰ ਜੀ ਸਵਾਗਤ ਹੈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੁਰਜਿੰਦਰ ਜੀ ਸ਼ੁਕਰੀਆ ਜੀ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਇਸ ਪ੍ਰੋਗਰਾਮ ਖਬਰਾਂ ਟੌਪ ਦੀਆਂ ਦੇ ਵਿੱਚ ਜਿਹੜੀਆਂ ਦਿਨ ਭਰ ਦੀਆਂ ਵੱਡੀਆਂ ਖਬਰਾਂ ਹੁੰਦੀਆਂ ਨੇ ਉਹਨਾਂ ਤੇ ਵਿਚਾਰ ਚਰਚਾ ਕਰਦੇ ਹਾਂ ਖਾਸ ਕਰਕੇ ਜੇ ਪੰਜਾਬ ਤੋਂ ਅੱਜ ਦੀ ਖਬਰ ਲਈ ਜਾਵੇ ਤਾਂ ਸੋਸ਼ਲ ਮੀਡੀਆ ਦੇ ਅਨੁਸਾਰ ਜਿਹੜਾ ਪਰਮਿੰਦਰ ਸਿੰਘ ਝੋਟਾ ਨਾਮ ਦਾ ਉਹ ਬੰਦਾ ਸੀ ਜਿਹੜਾ ਪਿਛਲੇ ਦਿਨੀ ਮਾਨਸਾ ਪੁਲਿਸ ਵੱਲੋਂ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਆਪਾਂ ਇਸੇ ਪ੍ਰੋਗਰਾਮ ਦੇ ਵਿੱਚ ਉਸ ਕੇਸ ਬਾਰੇ ਡਿਸਕਸ ਵੀ ਕੀਤਾ ਸੀ ਉਹਦੇ 'ਚ ਇੱਕ ਅਗਲੇਰੀ ਅਪਡੇਟ ਹੈ ਜਿਹਦੇ 'ਚ ਜਿਹੜਾ ਉਹ ਪਰਮਿੰਦਰ ਸਿੰਘ ਝੋਟਾ ਨਾਮ ਦਾ ਬੰਦਾ ਉਹ ਫਸਦਾ ਹੋਇਆ ਨਜ਼ਰ ਆ ਰਿਹਾ ਕੁਛ ਵੀਡੀਓਸ ਨੇ ਜਿਹੜੀਆਂ ਉਹ ਵੀ ਸੋਸ਼ਲ ਮੀਡੀਆ 'ਤੇ ਆਈਆਂ ਨੇ ਕੁਛ ਜਿਹੜੀ ਰਿਪੋਰਟਸ ਨੇ ਉਹ ਵੀ ਆਈਆਂ ਨੇ ਉਹਦੇ 'ਤੇ ਵੀ ਅੱਗੇ ਜਾ ਕੇ ਆਪਾਂ ਚਰਚਾ ਕਰਾਂਗੇ ਲਗਾਤਾਰ ਆਪਾਂ ਕਹਿੰਦੇ ਹਾਂ ਕਿ ਯੂਥ ਦੇ ਵਿੱਚ ਬੇਰੁਜ਼ਗਾਰੀ ਹੈ ਯੂਥ ਵੱਡੀ ਪੱਧਰ ਉੱਤੇ ਹਿੰਦੁਸਤਾਨ ਦਾ ਪ੍ਰਵਾਸ ਕਰਕੇ ਬਾਹਰ ਜਾ ਰਿਹਾ ਪਰ ਇੱਕ 21 ਸਾਲਾਂ ਦੀ ਕੁੜੀ ਹੈ ਉਸ ਕੁੜੀ ਨੇ ਇਹੋ ਜਿਹਾ ਕੰਮ ਕੀਤਾ ਜਿਹੜਾ ਇਸ ਦੇਸ਼ ਨੂੰ ਵੀ ਸ਼ਰਮਸ਼ਾਰ ਕਰਦਾ ਇਸ ਤੋਂ ਇਲਾਵਾ ਪਰਿਵਾਰ ਦਾ ਜਿਹੜਾ ਸਿਰ ਹੈ ਉਹ ਵਿੱਚ ਪਾ ਦਿੰਦਾ ਕੁੜੀ ਕੌਣ ਹੈ ਇਹਦੇ 'ਤੇ ਅੱਗੇ ਜਾ ਕੇ ਗੱਲ ਕਰਾਂਗੇ ਆਪਾਂ 21 ਸਾਲਾਂ ਦੀ ਇਹ ਕੁੜੀ ਹੈ ਇਸ ਤੋਂ ਬਾਅਦ ਸਿਆਸਤ ਦੇ ਨਾਲ ਜੁੜੀ ਹੋਈ ਖਬਰ ਲਵਾਂਗੇ ਐਂ ਤਾਂ ਆਪਾਂ ਹੋ ਨਹੀਂ ਸਕਦਾ ਇੱਥੇ ਕਿ ਭਾਰਤ ਦੇਸ਼ ਦੇ ਵਿੱਚ ਕੋਈ ਇਹੋ ਜਿਹਾ ਦਿਨ ਹੋਵੇ ਜਿਸ ਦਿਨ ਕੋਈ ਸਿਆਸੀ ਜਿਹੜਾ ਵੱਡਾ ਧਮਾਕਾ ਉਹ ਧਮਾਕਾ ਨਾ ਹੋਵੇ ਹੁਣ ਇੱਕ ਦੌੜ ਹੈ ਉਹ ਦੌੜ ਹੈਗੀ ਹੈ ਕਿ ਪ੍ਰਧਾਨ ਮੰਤਰੀ ਕੌਣ ਬਣੂਗਾ ਜਿਵੇਂ ਇੱਕ KBC ਸ਼ੋਅ ਆਉਂਦਾ ਹੁੰਦਾ ਸੀ ਕਿ ਕਰੋੜਪਤੀ ਕੌਣ ਬਣੇਗਾ ਅਗਲੀ ਦੌੜ ਹੈ ਕਿ ਪ੍ਰਧਾਨ ਮੰਤਰੀ ਕੌਣ ਬਣੂਗਾ ਫੇਸ ਨੇ ਜਿਹੜੇ ਬੰਦੇ ਨੇ ਉਹ ਕਈ ਨੇ ਪ੍ਰਧਾਨ ਮੰਤਰੀ ਕੌਣ ਬਣੂਗਾ ਇਹ ਆਪਾਂ ਵੀ ਡਿਸਕਸ ਕਰਾਂਗੇ ਅੱਗੇ ਜਾ ਕੇ ਪਰਮਿੰਦਰ ਜੀ ਆਪਾਂ ਉਸ ਨੌਜਵਾਨ ਦੀ ਖਬਰ ਲੈ ਲੈਂਦੇ ਹਾਂ ਜਿਹਦਾ ਨਾਮ ਪਰਮਿੰਦਰ ਸਿੰਘ ਝੋਟਾ ਕਹਿੰਦੇ ਨੇ ਉਹ ਕਹਿੰਦੇ ਕਿ ਹੁਣ ਇੱਕ ਡੋਪ ਟੈਸਟ ਹੋਇਆ ਇੱਕ ਓਫਿਸ਼ਲ ਪੋਲਿਸੀ ਵੀ ਕੀਤੀ ਜਾ ਰਹੀ ਹੈ ਜਿੱਥੇ ਡੋਪ ਟੈਸਟ ਹੋਇਆ ਕਿ ਇਹਦੇ 'ਚ ਇਹ ਉਸ ਹੋਸਪਿਟਲ ਦੀ ਹੈ ਲੈਬ ਦੀ ਇਹ ਪੂਰੀ ਰਿਪੋਰਟ ਹੈ ਕਿ ਪੋਜ਼ਿਟਿਵ ਪਾਇਆ ਗਿਆ ਉਹ ਬੰਦਾ ਕੁਛ ਵੀਡੀਓਸ ਵੀ ਆ ਰਹੀਆਂ ਨੇ ਕਿ ਉਹ ਬਲੈਕਮੇਲ ਵੀ ਕਰਦਾ ਸੀ ਜਾ ਕੇ ਜਿਹੜੇ ਮੈਡੀਕਲ ਸਟੋਰ ਵਾਲੇ ਹੈਗੇ ਨੇ ਇਹਨਾਂ ਨੂੰ ਬਲੈਕਮੇਲ ਵੀ ਕਰਦਾ ਸੀ ਅਤੇ ਹੁਣ ਨਵਾਂ ਮੋੜ ਇਹਦੇ 'ਚ ਆਇਆ ਹਾਲਾਂਕਿ ਮਾਨਸਾ ਤੋਂ ਜਿਹੜੇ ਆਪਣੇ SSP ਨੇ ਨਾਨਕ ਸਿੰਘ ਉਹਨਾਂ ਵੱਲੋਂ ਕੇਸ ਪਹਿਲਾਂ ਇਹ ਦੱਸਿਆ ਵੀ ਗਿਆ ਸੀ ਸੋਸ਼ਲ ਮੀਡੀਆ ਦੇ ਉੱਪਰ ਜਿਹੜੀ ਮਾਨਸਾ ਪੁਲਿਸ ਦੀ ਸਾਈਟ ਬਣੀ ਹੋਈ ਹੈ ਉੱਥੇ ਜਾ ਕੇ ਕਿ ਕੀ ਇਹਦੇ 'ਚ ਜਿਹੜੇ ਕੇਸ ਨੇ ਕਿਹੜੀਆਂ ਧਾਰਾਵਾਂ ਲੱਗੀਆਂ ਨੇ ਕਿਉਂ ਗ੍ਰਿਫਤਾਰ ਕੀਤਾ ਗਿਆ ਹੁਣ ਕੁਛ ਕੁ ਅਪਡੇਟਸ ਇਹਦੇ 'ਚ ਨਵੀਆਂ ਆਈਆਂ ਜਿਹੜਾ ਆਪਾਂ ਕਹਿੰਦੇ ਹਾਂ ਨਾ ਕਿ ਪੰਜਾਬ ਦੇ ਲੋਕਾਂ ਦਾ ਇੱਕ ਸੁਭਾਅ ਕਹਿ ਲਓ ਜਾਂ ਪੰਜਾਬ ਦੇ ਲੋਕਾਂ ਦੀ ਆਦਤ ਕਹਿ ਲਓ ਕਿ ਅੰਨਾ ਵਿਸ਼ਵਾਸ ਕਰ ਲੈਂਦੇ ਨੇ ਕਿਸੇ 'ਤੇ ਵੀ ਕਰ ਲੈਂਦੇ ਨੇ ਉਹ ਚੀਜ਼ ਨਹੀਂ ਹੋਣੀ ਚਾਹੀਦੀ ਹਰ ਇੱਕ ਬੰਦੇ ਨੂੰ ਨਾਪ ਤੋਲ ਕੇ ਕਹਿ ਲਓ ਜਾਂ ਤਰਕ ਕਰਕੇ ਦੇਖਣਾ ਚਾਹੀਦਾ ਇੱਦਾਂ ਨਹੀਂ ਹੁੰਦਾ ਕਿ ਬੰਦਾ ਜੇ ਕੋਈ ਅੱਜ ਭਲਾ ਕੰਮ ਕਰ ਰਿਹਾ ਤਾਂ ਭਲਾ ਕੰਮ ਤਾਂ ਵੈਸੇ ਹੀ ਸ਼ਾਬਾਸ਼ੀ ਦਾ ਮਤਲਬ ਕਹਿ ਲਓ ਉਹਨੂੰ ਇੱਕ ਪੱਖ ਬਣਦਾ ਉਹਦਾ ਵੀ ਉਹਨੂੰ ਸ਼ਾਬਾਸ਼ੀ ਮਿਲੇ ਭਲਾ ਕੰਮ ਕਰਨ ਵਾਲੇ ਨੂੰ ਸ਼ਾਬਾਸ਼ੀ ਮਿਲਣੀ ਲੈਣੀ ਵੀ ਚਾਹੀਦੀ ਅਤੇ ਸ਼ਾਬਾਸ਼ੀ ਦੇਣੀ ਵੀ ਚਾਹੀਦੀ ਹੈ ਲੇਕਿਨ ਇੱਕ ਤੁਸੀਂ ਦੇਖੋਗੇ ਕਿ ਰੁਝਾਨ ਦੇਖਿਆ ਜਾਂ ਪਹਿਲਾਂ ਪੁਰਾਤਨ ਜੇ ਕਹਾਵਤਾਂ ਜਾਂ ਕੋਈ ਸਿਆਣੇ ਲੋਕਾਂ ਦੀਆਂ ਗੱਲਾਂ ਬਾਤਾਂ ਸੁਣੀਆਂ ਜਾਣ ਤਾਂ ਉਹਦੇ ਵਿੱਚ ਕਿਹਾ ਜਾਂਦਾ ਕਿ ਭਲੇ ਕੰਮ ਪਿੱਛੇ ਬੁਰੇ ਕੰਮ ਦਾ ਜਿਹੜਾ ਇੱਕ ਕੀ ਕਹਿ ਸਕਦੇ ਹਾਂ ਆਪਾਂ ਨੂੰ ਵੀ ਕੰਮ ਕਰਨਾ ਬੁਰਾ ਕੰਮ ਕਰਨਾ ਉਹ ਲੁਕਿਆ ਪਿਆ ਹੁੰਦਾ ਇੱਕ ਪੜਦਾ ਹੁੰਦਾ ਭਲੇ ਕੰਮ ਕਰਨ ਦਾ ਉਸ ਪੜਦੇ ਦੇ ਪਿੱਛੇ ਹੋਰ ਕੁਛ ਹੋ ਰਿਹਾ ਸੀ ਜਿਵੇਂ ਕਈ ਵਾਰ ਆਪਾਂ ਗੱਲਾਂ ਆਮ ਪਿੰਡਾਂ ਦੇ ਵਿੱਚ ਗੱਲਾਂ ਬਾਤਾਂ ਕਰਦੇ ਕਹਿ ਦਿੰਦੇ ਹਾਂ ਕਿ ਜੇ ਜ਼ਹਿਰ ਵੀ ਦੇਣਾ ਤਾਂ ਗੁੜ 'ਚ ਲਪੇਟ ਕੇ ਦੇ ਦੂੰ ਹੈ ਉੱਦਾਂ ਉਹ ਹੈ ਤਾਂ ਜ਼ਹਿਰ ਨੇ ਤਾਂ ਜ਼ਹਿਰ ਦਾ ਕੰਮ ਕਰਨਾ ਮਿੱਠੇ ਨੇ ਮਿੱਠੇ ਦਾ ਕੰਮ ਕਰਨਾ ਹੈ ਹੁਣ ਸਵਾਦ ਮਿੱਠੇ ਦਾ ਆ ਰਿਹਾ ਤਾਂ ਸ਼ਾਬਾਸ਼ ਵੀ ਦਊਗਾ ਅਗਲਾ ਵੀ ਮਿੱਠਾ ਖਿਲਾ ਦਾ ਮੈਨੂੰ ਪਰ ਉਹਦੇ ਵਿੱਚ ਲਪੇਟ ਕੇ ਜ਼ਹਿਰ ਦਾ ਜ਼ਹਿਰ ਦਾ ਵੱਖਰੀ ਚੀਜ਼ ਸੋ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਉਸ ਵਿਅਕਤੀ ਦਾ ਜਿਹਦਾ ਨਾਮ ਪਰਮਿੰਦਰ ਸਿੰਘ ਝੋਟਾ ਹੈਗਾ ਵੀ ਉਹਦਾ ਮੈਂ ਵਿਰੋਧੀ ਹਾਂ ਜਾਂ ਕੁਛ ਆ ਪਹਿਲਾਂ ਅੰਮ੍ਰਿਤਪਾਲ ਵੀ ਆਇਆ ਸੀਗਾ ਉਹਨੇ ਜਦੋਂ ਸ਼ੁਰੂਆਤ ਕੀਤੀ ਸੀ ਉਹ ਕੀਤੀ ਸੀ ਵੱਖ ਰਾਜ ਬਣਾਉਣ ਦੀ ਵੱਖਰੇ ਹੋਣ ਦੀ ਅਤੇ ਆਉਂਦਾ ਆਉਂਦਾ ਉਹ ਆ ਗਿਆ ਜੀ ਅਸੀਂ ਤਾਂ ਨਸ਼ੇ ਛਡਾਉਂਦੇ ਹਾਂ ਜੀ ਅਸੀਂ ਤਾਂ ਅੰਮ੍ਰਿਤ ਛਕਾ ਰਹੇ ਹਾਂ ਹੁਣ ਉਹਦੇ ਪਿੱਛੇ ਮਨਸਾ ਕੀ ਸੀ ਕਿੱਦਾਂ ਦੀਆਂ ਉਹਨੇ ਕਾਰਵਾਈਆਂ ਕੀਤੀਆਂ ਅਤੇ ਉਹਨਾਂ ਨਾਲ ਕਿੱਡਾ ਵੱਡਾ ਨੁਕਸਾਨ ਹੋਣਾ ਸੀ ਇਹ ਸੋਚਿਆ ਕਿਸੇ ਨੇ ਨਹੀਂ ਭੀੜ ਲੱਗੀ ਉਹਦੇ ਪਿੱਛੇ ਅਤੇ ਅੱਜ ਹਾਲਾਤ ਕੁਛ ਹੋਰ ਹੀ ਨੇ ਆਹ ਹੁਣ ਬੰਦਾ ਉੱਠਿਆ ਜੇ ਇਹ ਨਸ਼ੇ ਰੋਕਣ ਦਾ ਕੰਮ ਕਰਨਾ ਤਾਂ ਸਭ ਤੋਂ ਪਹਿਲਾਂ ਕੰਮ ਇਹ ਸੀ ਕਿ ਲਿਸਟਾਂ ਵਗੈਰਾ ਬਣਾ ਕੇ ਉਹਨਾਂ ਨੂੰ ਪ੍ਰੈਸ ਦੇ ਵਿੱਚ ਨਸ਼ਰ ਕਰੀਆਂ ਜਾਂਦੀਆਂ ਸਬੂਤ ਪੇਸ਼ ਕਰੇ ਜਾਂਦੇ ਪੁਲਿਸ ਦੀ ਕਾਰਗੁਜ਼ਾਰੀ ਦੱਸੀ ਜਾਂਦੀ ਕਿ ਇਸ ਤਰ੍ਹਾਂ ਅਸੀਂ ਕੀਤਾ ਇਹਨਾਂ ਨੇ ਕੰਮ ਨਹੀਂ ਕੀਤਾ ਲਿਸਟਾਂ ਨੇ ਸਰਕਾਰ ਨੂੰ ਸੌਂਪੀਆਂ ਜਾ ਰਹੀਆਂ ਨੇ ਇੱਕ ਪ੍ਰੋਸੈਸ ਹੁੰਦਾ ਚਲੋ ਨਹੀਂ ਅਡੋਪਟ ਕਰਿਆ ਸਿੱਧੇ ਤੌਰ 'ਤੇ ਜਾ ਕੇ ਬੰਦਾ
ਨਸ਼ੇ ਛਡਾਉਣ ਦਾ ਕੰਮ ਕਰਨ ਲੱਗ ਗਿਆ, ਠੀਕ ਹੈ। ਹੁਣ ਕੀ ਆਇਆ ਇਸ, ਨਹੀਂ ਪੁਲਿਸ ਨੂੰ ਪਾਇਆ ਜਾਂ ਸਰਕਾਰ ਨੂੰ ਨਹੀਂ ਪਾਇਆ, ਆਪਾਂ ਇਸ ਵਿੱਚ ਕੁਛ ਨਹੀਂ ਕਹਿ ਸਕਦੇ ਕਿਉਂ ਨਹੀਂ ਪਾਇਆ ਹੁਣ, ਅਤੇ ਉਹਦੇ 'ਤੇ ਪਰਚੇ ਦਰਜ ਕਰਕੇ ਉਹਦੇ 'ਤੇ ਕਾਰਵਾਈ ਸ਼ੁਰੂ ਕਰਤੀ ਹੈ। ਹੁਣ ਕੀ ਹੋ ਰਿਹਾ ਨਵਾਂ, ਲੋਕਾਂ ਦੇ ਵਿੱਚ ਆ ਗਿਆ ਜੀ, ਕਹਿੰਦੇ ਹੁਣ ਕਰਦਾਰ ਕੁਸ਼ੀ ਕਰੀ ਜਾ ਰਹੀ ਹੈ ਉਹਦੀ ਬੰਦੇ ਦੀ। ਕਰਦਾਰ ਕੁਸ਼ੀ ਦਾ ਮਤਲਬ ਇਹ ਨਹੀਂ ਹੁੰਦਾ ਹੁੰਦਾ ਕਿ ਜੇ ਤੁਹਾਨੂੰ ਕੋਈ ਭਲਾ ਕੰਮ ਕਰਦਾ 10 ਬੁਰੇ ਕਰ ਰਿਹਾ ਤਾਂ ਉਹਨੂੰ ਸ਼ਾਬਾਸ਼ੀ ਦੇ ਦਿਓ ਅਤੇ 10 ਬੁਰੇ ਕੰਮ ਭੁੱਲ ਜਾਓ, ਅਤੇ ਇੱਦਾਂ ਨਹੀਂ ਹੁੰਦਾ। ਸੱਚਾਈ ਸਾਹਮਣੇ ਲਿਆਉਣੀ ਚਾਹੀਦੀ ਹੈ। ਹੁਣ ਆ ਰਿਹਾ ਕਿ ਡੋਪ ਟੈਸਟ ਹੋ ਗਿਆ ਜੀ, ਉਹਦੇ ਵਿੱਚ ਇਹ ਪੋਜ਼ਿਟਿਵ ਆ ਗਿਆ ਜੀ। ਹੁਣ ਕੁਐਸਚਨ ਹੋਣ ਲੱਗ ਗਿਆ ਕਿ ਡੋਪ ਟੈਸਟ ਕਿਉਂ ਕਰਾਇਆ ਜੀ, ਡੋਪ ਟੈਸਟ ਇੱਦਾਂ ਆਮ ਬੰਦੇ ਆ, ਆਮ ਕੇਸ ਨੇ, ਇਹਦੇ ਲਈ ਡੋਪ ਟੈਸਟ ਦੀ ਲੋੜ ਕੀ ਹੈ? ਡੋਪ ਪਹਿਲਾਂ ਤਾਂ ਗੱਲ ਡੋਪ ਹੁੰਦਾ ਕੀ ਹੈ ਕੁਛ ਇਹਨੂੰ ਪਤਾ ਹੀ ਨਹੀਂ ਹੋਣਾ। ਬਿਲਕੁਲ ਜੀ, ਬਹੁਤੇ ਲੋਕਾਂ ਨੂੰ ਕਹਿ ਰਿਹਾ ਮੈਂ, ਉਹਨਾਂ ਨੂੰ ਪਤਾ ਨਹੀਂ ਹੋਣਾ ਜਿਹੜੇ ਕਮੈਂਟ ਵਗੈਰਾ ਕਰ ਰਹੇ ਨੇ ਜਾਂ ਪੋਸਟ ਆ। ਡੋਪ ਕੀ ਹੁੰਦਾ? ਕੁਛ ਵੀ ਨਹੀਂ ਹੈਗਾ, ਇੱਕ ਦੋ ਟੈਸਟ ਹੁੰਦੇ ਨੇ, ਬਲੱਡ ਦੇ ਹੁੰਦੇ ਨੇ ਅਤੇ BP ਵਗੈਰਾ ਤੋਂ ਪਤਾ ਲੱਗ ਜਾਂਦਾ, ਹੱਥਾਂ ਤੋਂ ਪਤਾ ਲੱਗ ਜਾਂਦਾ ਹੈ ਨਾ, ਇੱਦਾਂ ਦੇ ਕੁਛ। ਉਹਦੇ 'ਚ ਡੋਪ ਟੈਸਟ ਕਿਹਾ ਜਾਂਦਾ, ਮਿਸ਼ਰਣ ਕਿੰਨਾ ਗਿਆ ਹੋਇਆ ਵਿੱਚ ਉਹਦੇ ਤੋਂ। ਹੁਣ ਜੇ ਉਹ ਟੈਸਟਾਂ ਦੇ ਵਿੱਚ ਉਹਨਾਂ ਨੇ, ਕਿਉਂਕਿ ਨਸ਼ੇ ਨਾਲ ਸੰਬੰਧਿਤ ਹੈਗਾ ਬੰਦਾ, ਨਸ਼ਾ ਛਡਾਉਣ ਦਾ ਕੰਮ ਕਰਦਾ, ਅਗਲਾ ਕਹਿੰਦਾ ਇਹਦਾ ਵੀ ਕਰੋ, ਦੇਖਾਂ ਖਾਂਦਾ ਤਾਂ ਨਹੀਂ ਆਪ, ਕਹੀ ਦਿੰਦਾ ਆਪਾਂ ਵੀ ਤਾਂ ਕਹਿ ਦਿੰਦੇ ਕਿ ਆਪ ਤਾਂ ਨਹੀਂ ਸਕਦਾ ਤੂੰ, ਦੂਜਿਆਂ ਤੋਂ ਰੋਕੀ ਜਾਂਦਾ, ਤੇਰਾ ਹੀ ਪਤਾ ਕਰ ਲਈਏ। ਉਹ ਵੀ ਹੋ ਸਕਦਾ, ਜੇ ਉਹ ਪੋਜ਼ਿਟਿਵ ਆ ਗਿਆ ਤਾਂ ਪੁਲਿਸ ਤਾਂ ਉਹਨੂੰ ਨਸ਼ਰ ਕਰੂਗੀ ਕਰੂਗੀ, ਜੇ ਕਿਤੇ ਮਾਰਫਿਟ ਕਹਿੰਦੇ ਆਈ ਆ ਉਹਦੇ ਡੋਪ ਟੈਸਟ 'ਚ। ਹਾਲਾਂਕਿ ਮੈਂ ਉਹਦੀ ਰਿਪੋਰਟ ਨਹੀਂ ਦੇਖੀ ਇੱਦਾਂ ਦੀ, ਕੋਈ ਕਹਿ ਰਿਹਾ ਨਸ਼ਰ ਹੋ ਗਈ ਹੈ ਰਿਪੋਰਟ ਵੀ, ਪਰ ਜੇ ਆਈ ਹੈ ਤਾਂ ਉਹ ਆਪ ਨਸ਼ੇ ਕਿਉਂ ਕਰਦਾ ਜੇ ਰੋਕ ਰਹੇ ਹੈ? ਪਹਿਲੀ ਤਾਂ ਗੱਲ ਇਹੀ ਹੈ ਨਾ, ਨਸ਼ਾ ਕਰਦਾ ਤਾਂ ਕਿਉਂ ਕਰਦਾ ਵੀ, ਦੂਜਿਆਂ ਨੂੰ ਕਿਉਂ ਰੋਕਦਾ ਫਿਰ, ਪਹਿਲਾਂ ਆਪ ਵੀ ਛੱਡੇ। ਦੂਜੀ ਗੱਲ, ਇੱਕ ਵੀਡੀਓ ਆ ਰਹੀ ਹੈ, ਉਹ ਕਹਿੰਦੇ ਵੀ ਪਤਾ ਨਹੀਂ ਪਿਛਲੇ ਸਾਲ ਦੀ ਹੈ 2022 ਦੀ ਹੈ ਜੀ, ਉਹ ਕੋਈ ਕਿਸੇ ਤੋਂ ਪੈਸੇ ਲੈ ਰਿਹਾ, ਕਹਿੰਦੇ ਜੀ ਇਹ ਕਰ ਰਿਹਾ ਹਫ਼ਤਾ ਲੈ ਰਿਹਾ ਮੈਡੀਕਲ ਵਾਲਿਆਂ ਤੋਂ। ਪੁਸ਼ਟੀ ਕੋਈ ਨਹੀਂ ਹੁੰਦੀ ਉੱਥੇ ਪੈਸੇ ਲੈਂਦਾ ਦਿਖਦਾ ਹੈ, ਹੋ ਸਕਦਾ ਸਮਾਨ ਖਰੀਦਿਆ ਹੋਵੇ, ਹੋ ਸਕਦਾ ਸੀ, ਲੇਕਿਨ ਗੱਲ ਇਹ ਹੈ ਕਿ ਪਰਸੈਪਸ਼ਨ ਵੀ ਬਣਾਈ ਜਾ ਸਕਦੀ ਹੈ ਨਾ, ਕਿਉਂਕਿ ਜਿਹੜਾ ਲੋਕਾਂ ਦਾ ਇੱਕ ਰੋਹ ਹੁੰਦਾ ਉਹ ਚੀਜ਼ ਨੂੰ ਵੀ ਫਿਰ ਕਿਸੇ ਪਾਸੇ ਲਾਉਣਾ ਹੁੰਦਾ। ਆਪਾਂ ਪਤਾ ਕੀ ਹੁੰਦਾ ਜਦੋਂ ਆਪਾਂ ਲੋਕ ਆ ਨਾ ਜਿਹੜੇ, ਸਾਰੀ ਸੋਸਾਇਟੀ ਆ ਜਿਹੜੀ ਆਪਣੀ, ਉਹ ਪਤਾ ਕੀ ਕਰਦੇ ਨੇ, ਉਹ ਕਹਿੰਦੇ ਨੇ ਕਿ ਜਦੋਂ ਉਹਨਾਂ ਨਾਲ ਕੋਈ ਮਾੜਾ ਕੰਮ ਕਰ ਦਿੰਦਾ, ਗਲਤ ਕਰ ਦਿੰਦਾ, ਫਿਰ ਤਾਂ ਕਹਿੰਦੇ ਸਰਕਾਰ ਪੁਲਿਸ ਮਰਗੀ ਕਿਤੇ ਹੈ ਨਾ। ਪਰ ਜਦੋਂ ਉਹਨਾਂ ਨਾਲ ਨਹੀਂ ਗਲਤ ਕੰਮ ਹੋ ਰਿਹਾ ਹੁੰਦਾ, ਉਹ ਕਿਸੇ ਥਰਡ ਪਰਸਨ ਨਾਲ ਹੋ ਰਿਹਾ, ਕੋਈ ਸੈਕਿੰਡ ਪਰਸਨ ਕਰ ਰਿਹਾ ਹੁੰਦਾ, ਨਾ ਤਾਂ ਉਹ ਆਪ ਕਰ ਰਹੇ ਨੇ ਨਾ ਉਹਨਾਂ ਨਾਲ ਹੋ ਰਿਹਾ। ਪਰ ਜੇ ਕੋਈ ਦੂਜਾ ਬੰਦਾ ਕਿਸੇ ਤੀਜੇ ਨਾਲ ਕਰ ਰਿਹਾ ਹੁੰਦਾ ਨਾ, ਗਲਤ ਕੰਮ ਕਰ ਰਿਹਾ, ਧੱਕਾ ਕਰ ਰਿਹਾ, ਤਾਂ ਉਹਨੂੰ ਸ਼ਾਬਾਸ਼ੀ ਦਿੰਦੇ ਆ, ਫਿਰ ਉਹ ਐਂ ਨਹੀਂ ਕਹਿੰਦੇ ਵੀ ਇਹ ਚੰਗਾ ਕਰਿਆ, ਉਹ ਕਹਿੰਦੇ ਵੀ ਇਸ ਬੰਦੇ ਨੇ ਤਾਂ ਚੰਗਾ ਕਰਿਆ, ਪਰ ਪੁਲਿਸ ਮਾੜਾ ਇਹਦੇ ਨਾਲ ਕਰ ਰਹੀ ਹੈ। ਹੁਣ ਜਿਹਦੇ ਨਾਲ ਧੱਕਾ ਹੋ ਰਿਹਾ ਜਾਂ ਜਿਹੜਾ ਬੰਦਾ ਕਰ ਰਿਹਾ, ਜੇ ਉਹ ਕਾਨੂੰਨ ਤੋਂ ਬਾਹਰੀ ਚੀਜ਼ ਹੈ ਤਾਂ ਉਹ ਇਲੀਗਲ ਤਾਂ ਹੈਗੀ ਹੀ ਆ। ਉਹ ਇਹ ਜ਼ਰੂਰੀ ਨਹੀਂ ਹੁੰਦਾ ਕਿ ਜੇ ਸਾਡੇ ਨਾਲ ਉਹ ਚੀਜ਼ ਹੋਊਗੀ ਤਾਂ ਹੀ ਉਹ ਇਲੀਗਲ ਹੋਊਗੀ, ਤਾਂ ਹੀ ਮਾੜੀ ਹੋਊਗੀ, ਠੀਕ ਹੈ ਨਾ। ਇਲੀਗਲ ਤਾਂ ਇਲੀਗਲ ਹੈ, ਕੋਈ ਕਰੇ ਕਿਸੇ 'ਤੇ ਕਰੇ, ਚਾਹੇ ਗਰੀਬ 'ਤੇ ਹੁੰਦੀ ਹੈ। ਹੁਣ ਕਈ ਮੈਂ ਨਾ ਵੀਡੀਓ ਦੇਖਦਾ ਹੁੰਦਾ, ਮੈਂ ਇੱਕ ਛੋਟੀ ਜਿਹੀ ਵੈਸੇ ਤੁਹਾਨੂੰ ਦੱਸ ਦਿੰਦਾ, ਮੈਂ ਇੱਕ ਵੀਡੀਓ ਦੇਖੀ, ਇੱਕ ਬੱਸ ਦਾ ਡਰਾਈਵਰ, ਸਰਕਾਰੀ ਬੱਸ ਦਾ ਡਰਾਈਵਰ ਪਟਿਆਲੇ ਦੇ ਵਿੱਚ, ਕੋਈ ਡੀਜ਼ਲ ਕੱਢਦਾ, ਕਿਸੇ ਨੇ ਵੀਡੀਓ ਬਣਾ ਕੇ ਮੈਨੂੰ ਵੀ ਭੇਜਤੀ ਹੈ ਨਾ, ਡੀਜ਼ਲ ਚੋਰੀ ਕਰ ਰਿਹਾ ਟੈਂਕੀ 'ਚੋਂ ਪਾਈਪ ਲਾ ਕੇ, ਉਹਦੇ 'ਚੋਂ ਕੱਢ ਰਿਹਾ ਕੈਨੀ 'ਚ। ਹੁਣ ਉਹਨੇ ਥੱਲੇ ਲਿਖਤਾ ਕਿ ਦੇਖੋ ਡੀਜ਼ਲ ਚੋਰ, ਐਂ ਡੀਜ਼ਲ ਚੋਰੀ ਕਰਦੇ ਨੇ, ਅਤੇ ਉਹਦੇ ਥੱਲੇ ਲੋਕਾਂ ਨੇ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ ਕਿ ਜੇ ਗਰੀਬ ਨੇ ਪੀਪੀ ਕੱਢ ਲਈ, ਕੈਨੀ ਕੱਢ ਲਈ, ਤਾਂ ਕੀ ਹੋਊਗਾ ਜਿਹੜੇ ਵੱਡੇ ਖਾ ਰਹੇ। ਇਹ ਫਿਰ ਫਰਕ ਕੀ ਹੈ, ਵੱਡਿਆਂ ਦੀਆਂ ਵੱਡੀਆਂ ਲੋੜਾਂ ਨੇ, ਉਹਨਾਂ ਨੂੰ ਉਹ ਛੋਟੀਆਂ ਲੱਗਦੀਆਂ ਨੇ। ਜੇ ਉਹ ਵੱਡੇ 1,00,000 ਰੁਪਇਆ ਲੈ ਲੈਂਦੇ ਨੇ, ਫਿਰ ਕੀ ਹੋ ਗਿਆ? ਫਿਰ ਜੇ ਤਾਂ ਆਹ ਤਾਂ ਗੱਲ ਐਂ ਹੋਈ ਨਾ, ਉਹ ਚਾਹੇ ਛੋਟੀ ਚੋਰੀ ਕਰਾ ਚਾਹੇ ਵੱਡੀ ਚੋਰੀ ਕਰ ਰਿਹਾ, ਕੋਈ ਗਲਤ ਤਾਂ ਗਲਤ ਹੈ ਨਾ, ਇਲੀਗਲ ਤਾਂ ਇਲੀਗਲ ਹੈ, ਚੋਰੀ ਚੋਰੀ ਹੈ, ਠੱਗੀ ਠੱਗੀ ਹੈ, ਧੱਕਾ ਧੱਕਾ ਹੀ ਹੈ, ਕਿਸੇ ਨਾਲ ਹੋ ਰਿਹਾ, ਕੋਈ ਕਰ ਰਿਹਾ ਸਹੀ। ਇਹ ਨਹੀਂ ਆਪਾਂ ਕਹਿੰਦੇ ਕਿ ਅੱਜ ਜੇ ਪਰਮਿੰਦਰ ਸਿੰਘ ਝੋਟੇ ਨਾਲ ਕੋਈ ਧੱਕਾ ਹੋ ਰਿਹਾ ਤਾਂ ਧੱਕਾ ਹੀ ਆ, ਜੇ ਪੁਲਿਸ ਕਰ ਰਹੀ ਹੈ, ਜੇ ਪੁਲਿਸ ਉਹਨੂੰ ਬਿਨਾਂ ਵਾਰੰਟ ਤੋਂ ਫੜਦੀ ਹੈ, ਅਸੀਂ ਉਹਨੂੰ ਕਿਹੜਾ ਚੰਗੀ ਕਹਿ ਰਹੇ ਗੱਲ, ਬਿਨਾਂ ਵਾਰੰਟ ਤੋਂ ਕਿਉਂ ਫੜਿਆ? ਵੀ ਅਰੈਸਟ ਵਾਰੰਟ ਲੈ ਕੇ ਜਾਣੇ ਸੀ, ਘਰ ਦੀ ਤਲਾਸ਼ੀ ਲੈਣੀ ਹੈ ਤਾਂ ਉਹ ਵੀ ਵਾਰੰਟ ਚਾਹੀਦੇ ਆ ਕਾਨੂੰਨੀ ਤੌਰ 'ਤੇ, ਅਤੇ ਜਿਹੜੇ ਕੇਸ ਦੇ ਵਿੱਚ ਤੁਸੀਂ ਫਸਾ ਰਹੇ ਹੋ ਉਹ ਕੌਣ ਬੰਦੇ ਨੇ ਜਿਨ੍ਹਾਂ ਨੇ ਕੇਸ ਕਰਿਆ ਪਹਿਲਾਂ 307 ਜੇ ਫਸਾਇਆ, ਗਲਤ ਹੋਇਆ ਸੋ ASI 'ਤੇ ਕੀ ਕਾਰਵਾਈ ਹੋਈ, ਉਹ ਨਹੀਂ ਪਤਾ। ਸੋ ਜਿਹੜੀਆਂ ਚੀਜ਼ਾਂ ਪੁਲਿਸ ਗਲਤ ਕਰਦੀ ਹੈ ਉਹ ਵੀ ਗਲਤ ਨੇ, ਪਰ ਜੇ ਪਰਮਿੰਦਰ ਝੋਟਾ ਜੇ ਕੋਈ ਕਿਤੋਂ ਸੱਚੀ ਮੁੱਚੀ ਪੈਸੇ ਲੈਂਦਾ, ਕਿ ਉਹਦੋਂ ਸਾਹਮਣੇ ਆ ਕੇ ਕਹਿਣ ਵੀ ਸਾਡੇ ਤੋਂ ਪੈਸੇ ਲੈਂਦਾ ਭਾਈ ਜੀ, ਬਿਲਕੁਲ ਜੇ ਵੀ ਗੱਲ ਕਰੇ ਕਿ ਇਹ ਮੋਰਫਿਨ ਲੈਂਦਾ ਤਾਂ ਲੈਂਦਾ ਕਿਉਂ ਲੈਂਦਾ, ਇਹ ਨਾ ਦੇਖਣ ਵੀ ਡੋਪ ਟੈਸਟ ਕਿਉਂ ਕਰਵਾਇਆ, ਇਹ ਨਹੀਂ ਦੇਖਣਾ ਚਾਹੀਦਾ। ਦੇਖਣਾ ਚਾਹੀਦਾ ਕਿ ਇਹ ਨਸ਼ਾ ਕਿਉਂ ਕਰਦਾ ਬਈ, ਆਪ ਤਾਂ ਮੋਰਫਿਨ ਲੈ ਰਿਹਾ ਮੋਰਫਿਨ ਤੇ ਦੂਜੇ ਨੂੰ ਹਟਾ ਰਿਹਾ। ਸੋ ਗੱਲ ਇਨਸਾਫ਼ ਦੀ ਹੋਣੀ ਚਾਹੀਦੀ, ਨਾ ਕਿ
ਇੱਕ ਪਿੱਛੇ ਲੱਗ ਕੇ ਬਸ ਉਹਨੂੰ ਚੱਕ ਦੋ ਵੀ ਹਾਂ ਫੱਟੇ ਚੱਕ ਦੋ ਜੀ ਇਹੀ ਅੱਗੇ ਆਇਆ ਇਹ ਲੀਡਰ ਬਣ ਗਿਆ ਜੀ ਉਹ ਚੀਜ਼ਾਂ ਮਾੜੀਆਂ ਨੇ ਉਹ ਕਿਤੇ ਵੀ ਗੱਲ ਕਰ ਸਕਦੀਆਂ ਨੇ ਸੁਸਾਇਟੀ ਨੂੰ ਵੀ ਪੰਜਾਬ ਨੂੰ ਔਰ ਪੰਜਾਬੀਅਤ ਨੂੰ ਖਾਸ ਕਰ ਨੌਜਵਾਨ ਪਰਮਿੰਦਰ ਜੀ 21 ਸਾਲਾਂ ਦੀ ਕੁੜੀ ਹੈ ਪਹਿਲੀ ਵਾਰ ਦੇ ਵਿੱਚ ਹੀ JPSC ਦਾ ਟੈਸਟ ਵੀ ਕਲੀਅਰ ਕਰਤਾ ਸੀ ਸਾਹਿਕ ਰਜਿਸਟਰਾਰ ਬਣ ਗਈ ਸੀ ਉਹ ਸਹਿਕਾਰਤਾ ਮਹਿਕਮੇ ਦੇ ਵਿੱਚ ਅਤੇ ਪਹਿਲੀ ਹੀ ਜੁਆਇਨਿੰਗ ਸੀ ਪਹਿਲੀ ਹੀ ਜੁਆਇਨਿੰਗ ਦੇ ਅਟੈਂਪਟ ਦੇ ਵਿੱਚ 10,000 ਦੀ ਰਿਸ਼ਵਤ ਲੈਂਦੀ ਉਹ ਕੁੜੀ ਫੜੀ ਗਈ ਪਹਿਲੀ ਤਾਂ ਗੱਲ ਇਹ ਹੈ ਕਿ ਜਿਹੜਾ ਉਹਦਾ ਟੈਸਟ ਹੋਇਆ ਜਿਹਦੇ ਨੂੰ ਕਲੀਅਰ ਕੀਤਾ ਆ ਉਹਦੇ 'ਤੇ ਜਾਂਚ ਹੋਣੀ ਚਾਹੀਦੀ ਹੈ ਜੀ ਕਿਉਂਕਿ ਇਸ ਤਰ੍ਹਾਂ ਦਾ ਬੰਦਾ ਟ੍ਰੇਨਿੰਗ ਤੋਂ ਬਾਅਦ ਜਦੋਂ ਪਹਿਲੇ ਜੁਆਇਨ ਹੋਈ ਹੈ ਫਸਟ ਪੋਸਟ ਪੋਸਟਿੰਗ ਹੋਈ ਹੈ ਫਸਟ ਪਹਿਲੇ ਹੀ ਦਿਨ ਹੈ ਮਿਤਾਲੀ ਸ਼ਰਮਾ ਨਾਂ ਦੀ ਹੈ ਝਾਰਖੰਡ ਦੀ ਇਹ ਦੱਸੀ ਜਾ ਰਹੀ ਹੈ ਕੁੜੀ ਫਸਟ ਪੋਸਟਿੰਗ ਹੈ ਫਸਟ ਪਹਿਲਾ ਹੀ ਦਿਨ ਹੈ ਅਤੇ 10,000 ਰੁਪਇਆ ਰਿਸ਼ਵਤ ਲੈਂਦੀ ਬਤੌਰ ਸਹਾਇਕ ਰਜਿਸਟਰਾਰ ਫੜੀ ਗਈ ਆ ਅਤੇ ਜਿਹੜਾ ਪਹਿਲੇ ਦਿਨ ਹੀ 10,000 ਰੁਪਇਆ ਰਿਸ਼ਤੇ ਰਿਸ਼ਵਤ ਮੰਗ ਰਿਹਾ ਜਾਂ ਲੈ ਰਿਹਾ ਹੈ ਤਾਂ ਉਹਦਾ ਮਤਲਬ ਇਹੀ ਹੈ ਕਿ ਉਹ ਲੱਖਾਂ ਰੁਪਇਆ ਲੈ ਕੇ ਦੇ ਕੇ ਕਿਸੇ ਨੂੰ ਫਿਰ ਇਸ ਪੋਸਟ ਤੱਕ ਪਹੁੰਚਿਆ ਹੋਊਗਾ ਅਤੇ ਪਹਿਲੇ ਦਿਨ ਤੋਂ ਪੂਰਾ ਕਰਨ ਲੱਗ ਰਹੇ ਹੈ ਉਹ ਜੇ ਆਪਾਂ ਮਟੈਲਿਟੀ ਹੁੰਦੀ ਹੈ ਨਾ ਬੰਦੇ ਦੀ ਕਿ ਮੇਰਾ ਜਿਹੜਾ ਲੱਗਿਆ ਪੂਰਾ ਕਰਾਂ ਪਰ ਇੱਥੇ ਇਹ ਕਿ ਉਹ ਤਾਂ ਬਹੁਤ ਗਰੀਬ ਪਰਿਵਾਰ ਦੀ ਸੀ ਗੱਲ ਇਹ ਕਿ ਉਹਨਾਂ ਪਰ ਲੈ ਕੇ ਕਿੱਥੋਂ ਆਏ ਹੋਣੇ ਕਿਉਂਕਿ ਹੁਣ ਜੇ ਆਪਾਂ UPSC ਦੀ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ PPSC ਦੀ ਗੱਲ ਕਰਦੇ ਹਾਂ ਝਾਰਖੰਡ ਦੇ ਵਿੱਚ ਆਪਾਂ JPSC ਦੀ ਗੱਲ ਕਰਦੇ ਹਾਂ ਉਹਦੇ ਵਿੱਚ ਤਾਂ ਪਰ ਕਰੋੜਾਂ ਰੁਪਏ ਚਾਹੀਦਾ ਹਾਂ ਮੈਂ ਉਹੀ ਗੱਲ ਕਰਨ ਜਾ ਰਿਹਾ ਸੀ ਇੱਕ ਤਾਂ ਆਹ ਜਾਂਚ ਦਾ ਵਿਸ਼ਾ ਹੈਗਾ ਕਿ ਕਿਸੇ ਨੂੰ ਪੈਸੇ ਦੇ ਕੇ ਆਈ ਹੁਣ ਦੂਜੀ ਗੱਲ ਇਹ ਆਉਂਦੀ ਹੈ ਕਿ ਪਰਿਵਾਰ ਗਰੀਬ ਸੀ ਤਾਂ ਪੈਸੇ ਨਹੀਂ ਦੇ ਸਕਦੇ ਫਿਰ ਇਹ ਸਿਫਾਰਸ਼ ਕਿਸੇ ਬੰਦੇ ਨੇ ਕਿਸੇ ਲੀਡਰ ਨੇ ਕਿਸੇ ਨੇ ਕਹਿੰਦਾ ਕੋਈ ਬੰਦਾ ਵੀ ਫਿੱਟ ਕਰੋ ਬੰਦਾ ਆਪਣਾ ਸਾਡਾ ਅਤੇ 4 ਪੈਸੇ ਕਮਾ ਕੇ ਦਿਓ ਲਿਆਓ ਆਪ ਵੀ ਖਾਓ ਜੀ ਜਦੋਂ ਇੱਦਾਂ ਫਿਰ ਆਰਾ ਰੱਖਿਆ ਜਾਂਦਾ ਜਦੋਂ ਫਸ ਜਾਂਦਾ ਬੰਦਾ ਫਿਰ ਨਾ ਅਗਲਾ ਸਾਥ ਦਿੰਦਾ ਫਿਰ ਨੌਕਰੀ ਵੀ ਜਾਂਦੀ ਹੈ ਤੁਸੀਂ ਅਤੇ ਬਕਾਇਦਾ ਤੌਰ 'ਤੇ ਰਿਸ਼ਵਤ ਲੈਂਦੇ ਫੜੇ ਜਾਣਾ ਪਹਿਲੇ ਹੀ ਦਿਨ ਬਹੁਤ ਵੱਡੀ ਹੈਰਾਨੀ ਦੀ ਗੱਲ ਹੈ ਇਹ ਔਰ ਚਲੋ ਦੋਨੋਂ ਗੱਲਾਂ ਆਪਾਂ ਮੁਨਕਰ ਵੀ ਕਰ ਦਈਏ ਤੀਜੀ ਗੱਲ ਉੱਭਰ ਕੇ ਇਹ ਆ ਜਾਂਦੀ ਹੈ ਕਿ ਹੁਣ ਇਹ ਜਿਹੜੀ ਚੀਜ਼ ਕਈ ਸਾਲਾਂ ਤੋਂ ਆਪਾਂ ਸੋਚਦੇ ਸੀ ਵੀ ਆ ਰਹੀ ਹੈ ਚੱਲੀ ਆ ਰਹੀ ਹੈ ਰਿਸ਼ਵਤ ਰਿਸ਼ਵਤ ਹੁਣ ਸਾਡੇ ਅੰਦਰ ਜਿਵੇਂ ਕਹਿ ਲਓ ਕਿ ਜਿਵੇਂ ਆਤਮਾ ਦੀ ਗੱਲ ਕਰਦੇ ਹਾਂ ਆਪਾਂ ਵੀ ਆਤਮਾ ਹੁੰਦੀ ਹੈ ਮਨੁੱਖ ਦੇ ਅੰਦਰ ਕਿ ਅਤੇ ਉਹ ਰਿਸ਼ਵਤ ਵੀ ਅੰਦਰ ਤਾਂ ਨਹੀਂ ਵੱਸ ਗਈ ਹੁਣ ਹਰ ਇੱਕ ਬੰਦਾ ਇਹ ਸੋਚਦਾ ਮਤਲਬ ਮੈਂ ਆਫਿਸਰ ਦੀ ਜਾਂ ਕਿਸੇ ਅਧਿਕਾਰੀ ਦੀ ਗੱਲ ਨਹੀਂ ਕਰ ਰਿਹਾ ਛੋਟੇ ਤੋਂ ਛੋਟਾ ਬੰਦਾ ਕਿਤੇ ਵੀ ਆਪਾਂ ਖੁਦ ਕਹਿ ਲਓ ਕਿ ਜੇ ਸਾਨੂੰ ਵੀ ਮੈਂ ਕਹਿੰਦਾ ਆਪਾਂ ਇਹਦੇ 'ਚੋਂ ਬਾਹਰ ਨਹੀਂ ਰੱਖਦੇ ਆਪਾਂ ਨੂੰ ਵੀ ਜੇ ਕਿਤੇ ਮੌਕਾ ਮਿਲਦਾ ਆਪਾਂ ਕਿਤੇ ਨਾ ਕਿਤੇ ਕਰ ਲੈਂਦੇ ਹਾਂ ਵੀ ਯਾਰ ਹੋਰ ਵੀ ਤਾਂ ਕਰਦੇ ਹਾਂ ਮਨ 'ਚ ਆ ਜਾਂਦੀ ਹੋਊ ਜੀ ਪਰ ਇਹ ਸੋਚਣ ਵਾਲੀ ਗੱਲ ਤਾਂ ਇਹ ਆ ਕਿ ਭਾਈ ਸਾਡੇ ਆਤਮਾ ਦੇ ਵਾਂਗੂ ਸਾਡੇ ਅੰਦਰ ਰਿਸ਼ਵਤ ਵੀ ਤਾਂ ਨਹੀਂ ਘਰ ਘਰ ਗਈ ਸੀ ਹੁਣ ਦੋ ਚੀਜ਼ਾਂ ਤਾਂ ਨਹੀਂ ਅੰਦਰ ਵੱਸ ਗਈਆਂ ਉਹ ਦੇਖਣਾ ਬੜੀ ਬੜੀ ਗੱਲ ਹੈ ਵੱਡੀ ਗੱਲ ਹੈ ਇਹ ਸਰਕਾਰਾਂ ਬਣਦੀਆਂ ਨੇ ਰੌਲਾ ਪਾਉਂਦੇ ਨੇ ਲੋਕਪਾਲ ਲਿਆਵਾਂਗੇ ਜੀ ਰਿਸ਼ਵਤ ਬੰਦ ਕਰ ਦਾਂਗੇ ਜੀ ਮੁੱਦੇ ਬਣ ਗਏ ਮੁੱਦੇ ਹੋ ਜੇ ਰਿਸ਼ਵਤ ਬੰਦ ਕਰਨੀ ਪੈਣਾ ਪੋਲੀਟੀਸ਼ਨਾਂ ਨੂੰ ਬੰਦ ਕਰਨੀ ਪੈਣੀ ਜੀ ਉਹਨਾਂ ਤੱਕ ਜਾਂਦੀ ਹੈ ਅੱਪੜਦੀ ਤਾਂ ਹੀ ਦਿੰਦੇ ਨੇ ਨਹੀਂ ਜੇ ਕੋਈ ਇਮਾਨਦਾਰ MLA ਜਾਂ ਮੰਤਰੀ ਹੋਵੇ ਜਾਂ ਸਰਕਾਰ ਇਮਾਨਦਾਰ ਹੋਵੇ ਕਿਹੜਾ ਅਧਿਕਾਰੀ ਹੈ ਜਿਹੜਾ ਰਿਸ਼ਵਤ ਲੈ ਲੂੰਗਾ ਜੀ ਕੌਣ ਅਫਸਰ ਹੈ ਜਿਹੜਾ ਰਿਸ਼ਵਤ ਲੈ ਲੂੰਗਾ ਸੋ ਗੱਲ ਤਾਂ ਇਹ ਹੈ ਕਿ ਜਦੋਂ ਅਸੀਂ ਜਿਹੜੇ ਉੱਪਰ ਬੈਠੇ ਨੇ ਰਾਜ ਕਰਨ ਵਾਲੇ ਉਹ ਜਦ ਤੱਕ ਸਾਫ਼ ਨਹੀਂ ਹੁੰਦੇ ਤਾਂ ਥੱਲੜੀ ਪੀੜ੍ਹੀ ਨਹੀਂ ਸਾਫ਼ ਹੋ ਸਕਦੀ ਔਰ ਇਹ ਕਲੰਕ ਕਹਿ ਸਕਦੇ ਹਾਂ ਆਪਾਂ ਸੁਸਾਇਟੀ ਦੇ ਉੱਤੇ ਉਹਦੇ ਪਰਿਵਾਰ ਦੇ ਉੱਤੇ ਉਹ ਆਪਣੇ ਉੱਤੇ ਉਹ ਪੜ੍ਹਾਈ ਦੇ ਉੱਤੇ ਕਲੰਕ ਬਣ ਕੇ ਇਹ ਲੜਕੀ ਅੱਗੇ ਆਈ ਹੈ ਜੇ ਇਸ ਤਰ੍ਹਾਂ ਦੀ ਗੱਲ ਆਉਂਦੀ ਸੱਚ ਸਾਬਤ ਹੁੰਦੀ ਕਈ ਵਾਰ ਫਸਾ ਵੀ ਦਿਆ ਜਾਂਦਾ ਉਹ ਵੱਖਰੀ ਗੱਲ ਹੈ ਕਿ ਫਸਟ ਡੇ ਆਇਆ ਹੁੰਦਾ ਉਹਨੂੰ ਨਹੀਂ ਪਤਾ ਹੋ ਸਕਦਾ ਕਿ ਕਿਸ ਤਰ੍ਹਾਂ ਦਾ ਪ੍ਰੋਸੈਸ ਹੁੰਦਾ ਹੈ ਕਈ ਵਾਰ ਗਰੀਬ ਬੰਦਾ ਅੱਗੇ ਆ ਜਾਂਦਾ ਤਾਂ ਦੂਜੇ ਖਾਰ ਖਾਣ ਲੱਗ ਜਾਂਦੇ ਆ ਇਹ ਸਾਰੀਆਂ ਚੀਜ਼ਾਂ ਜਾਂਚ ਦਾ ਵਿਸ਼ਾ ਹੁੰਦੀ ਸੋਸਾਇਟੀ ਦੇ ਵਿੱਚ ਇਹ ਨੀ ਮੈਂ ਕਹਿੰਦਾ ਪਰ ਸਾਰੀਆਂ ਚੀਜ਼ਾਂ ਜਾਂਚ ਦਾ ਵਿਸ਼ਾ ਹੈ ਜੇ ਇਨੋਸੈਂਟ ਹੈ ਤਾਂ ਉਹਨੂੰ ਇਨਸਾਫ਼ ਮਿਲਣਾ ਚਾਹੀਦਾ ਜੇ ਉਹ ਦੋਸ਼ੀ ਹੈ ਤਾਂ ਸੱਚੀ ਮੁੱਚੀ ਐਸੀ ਸਜ਼ਾ ਮਿਸਾਲੀ ਸਜ਼ਾ ਮਿਲੇ ਤੇ ਲੋਕਾਂ ਨੂੰ ਉਦੋਂ ਸਿੱਖਿਆ ਲੈਣੀ ਹੋਣੀ ਜੀ ਬਿਲਕੁਲ ਪਰਮਿੰਦਰ ਜੀ NDA ਦੀ ਮੀਟਿੰਗ ਹੈ ਉੱਧਰ UPA ਦੀ ਮੀਟਿੰਗ ਹੈ ਅੱਜ ਅਤੇ ਕਿਵੇਂ ਵੇਖ ਰਹੇ ਹੋ ਦੋਨੋਂ ਮੀਟਿੰਗਾਂ ਨੂੰ NDA ਆਪਣੇ ਬੇਸ 'ਤੇ ਚੱਲ ਰਿਹਾ ਜਿਵੇਂ ਉਹ ਚਾਹੁੰਦਾ ਜਿਵੇਂ ਵੀ 2024 ਅਸੀਂ ਕਿਵੇਂ ਸਰ ਕਰਨਾ UPA ਦਾ 15 ਪਾਰਟੀਆਂ ਤੋਂ ਬਾਅਦ 26 ਵਾਲੇ ਪਾਸੇ ਜੀ ਵੱਧ ਰਹੇ ਹੈ ਵੀ ਅਸੀਂ ਹੋਰ ਵਿਰੋਧੀ ਪਾਰਟੀਆਂ ਨਾਲ ਲੈ ਕੇ ਚੱਲੀਏ ਸੀ ਸੋ
ਤਾਂ ਤਾਂ ਦੋਨਾਂ 'ਚ ਦੋਨੋਂ ਪਾਰਟੀਆਂ ਦਾ ਲੱਗਿਆ ਹੋਇਆ ਕਿ ਉਹ ਕਹਿੰਦੇ ਅਸੀਂ ਇਸ ਵਾਰ ਸਰ ਕਰ ਦੇਣਾ, ਉਹ ਕਹਿੰਦੇ ਅਸੀਂ ਇਸ ਵਾਰ, ਦਾਂ ਦਾ ਮਤਲਬ ਜਿਹੜਾ ਬੀਜੇਪੀ ਪਾਰਟੀ ਦਾ ਪੱਖ ਹੈ ਧੜਾ ਆ, ਉਹ ਕਹਿੰਦਾ ਅਸੀਂ ਹਿੰਦੂ ਰਾਸ਼ਟਰਵਾਦ ਦੇ ਉੱਤੇ ਇੱਕ ਇੱਕ ਰਾਸ਼ਟਰ ਇੱਕ ਭਾਸ਼ਾ ਯੂਨੀਫਾਰਮ ਜਿਹੜਾ ਸਿਵਲ ਕੋਡ ਐਸੀਆਂ ਗੱਲਾਂ ਕਰਕੇ ਉਹ ਚਾਹੁੰਦੇ ਕਿ ਇਸੇ ਨੂੰ ਅਸੀਂ ਰਾਸ਼ਟਰਵਾਦ ਦਾ ਨਾਂ ਦੇ ਦਈਏ, ਕਿਸੇ ਨੂੰ ਹਿੰਦੂ ਰਾਸ਼ਟਰਵਾਦ ਦਾ ਨਾਂ ਦੇ ਕੇ ਅਸੀਂ ਇਹਦੇ ਵੋਟਾਂ ਲੈ ਲਈਏ। ਦੂਜਾ ਹੈਗਾ ਜਿਹੜਾ ਦੂਜਾ ਮੁੱਦਾ ਲੈ ਕੇ ਚੱਲ ਰਹੇ ਨੇ, ਉਹ ਚੱਲ ਰਹੇ ਨੇ ਕਿ ਕਾਲਾ ਧਨ ਜੇ ਕਰ ਲਿਆ ਜੀ, ਲੈ ਕੇ ਨਹੀਂ ਗਏ, ਫੜ ਕੇ ਨਹੀਂ ਲੈ ਕੇ ਆਏ ਬੰਦਿਆਂ ਨੂੰ, ਇੱਥੋਂ ਲੈ ਕੇ ਭੱਜ ਗਏ ਗੁਜਰਾਤੀ ਨੇ ਜੀ, ਬੀਜੇਪੀ ਨੇ ਸਾਰਾ ਕੁਛ ਮੋਦੀ ਨੇ ਵੇਚਤਾ, ਰਿਹਾਈ ਕੱਖ ਨਹੀਂ, ਮਹਿੰਗਾਈ ਸੀ ਕਰਦੇ ਆ, ਹੁਣ ਲੋਕ ਬੋਲਦੇ ਨੇ ਕਿ ਜਿਹੜਾ 400 ਦਾ ਸਿਲੰਡਰ ਸੀ ਉਹ 1100 ਦਾ ਹੋ ਗਿਆ, ਤੇ ਹੁਣ ਕਿੱਥੇ ਨੇ ਸਿਲੰਡਰਾਂ ਦੇ ਖਿਲਾਫ਼ ਬੋਲਣ ਵਾਲੇ ਬੰਦੇ, ਡਾਲਰ ਦੀ ਕੀਮਤ ਕਿੱਥੇ ਚਲੀ ਗਈ, ਠੀਕ ਹੈ। ਉਹ ਕਹਿੰਦੇ, ਮੈਂ ਸੁਣ ਰਿਹਾ ਸੀ ਇੱਕ ਕਿਸੇ ਮੰਤਰੀ ਦਾ ਬਿਆਨ, ਉਹ ਕਹਿੰਦਾ ਵੀ ਮਨਮੋਹਨ ਸਿੰਘ ਜਦੋਂ ਪ੍ਰਧਾਨ ਮੰਤਰੀ ਸੀ ਤਾਂ ਮੋਦੀ ਨੇ ਕਿਹਾ ਸੀ ਕਿ ਡਾਲਰ ਦੀ ਕੀਮਤ ਦਾ ਹਰ ਪ੍ਰਧਾਨ ਮੰਤਰੀ ਦੀ ਉਮਰ ਦਾ ਕੰਪੀਟੀਸ਼ਨ ਚੱਲ ਰਿਹਾ ਹੈ। ਕਹਿੰਦਾ ਹੁਣ ਪੁੱਛਣਾ ਚਾਹੁੰਦੇ ਮੋਦੀ ਦੀਆਂ 2 ਵਰਸ ਡੇਟਸ 'ਚ ਜੇ ਦੋਵਾਂ ਨਾਲ ਵੀ ਗੱਲ ਕਰੀ ਜਾਵੇ ਤਾਂ ਵੀ ਡਾਲਰ ਦੀ ਕੀਮਤ ਵੱਧ ਗਈ, ਕਰੋਸ ਕਰ ਗਈ ਹੈ, ਉਮਰ ਤੋਂ ਵੱਧ ਚੱਲਿਆ ਗਿਆ ਡਾਲਰ, ਕਹਿੰਦੇ। ਤਾਂ ਹੁਣ ਉਹ ਗੱਲਾਂ, ਉਹਨਾਂ ਦੇ ਮੁੱਦੇ ਤਾਂ ਹੈਗੇ ਨੇ ਜਾਇਜ਼, ਪਰ ਮੁੱਦਿਆਂ ਦੇ ਉੱਤੇ ਰਾਜਨੀਤੀ ਕਰਨੀ ਤਾਂ ਸਾਰੇ ਹੀ ਜਾਣਦੇ ਨੇ, ਮੁੱਦਿਆਂ ਨੂੰ ਹੱਲ ਕਰਨਾ, ਉਹਨਾਂ ਦੇ ਸਲਿਊਸ਼ਨ ਲੈ ਕੇ ਆਉਣੇ, ਉਹਨਾਂ ਨੂੰ ਲੋਕਾਂ ਦੇ ਹਿੱਤ ਵਿੱਚ ਪੇਸ਼ ਕਰਨਾ, ਮੁੱਦਿਆਂ ਨੂੰ ਖਤਮ ਕਰਕੇ, ਉਹ ਵੱਡੀ ਵੱਡੀ ਗੱਲ ਹੈ। ਨੀਤੀਆਂ ਹੁਣ ਘੜਨਗੀਆਂ ਕਿ ਸਾਡਾ ਸੀਟ ਸ਼ੇਅਰ ਕੀ ਹੋਊਗਾ, ਸਾਡਾ ਪ੍ਰਧਾਨ ਮੰਤਰੀ ਦਾ ਚਿਹਰਾ ਕੌਣ ਹੋਊਗਾ, ਠੀਕ ਹੈ। ਲਾਲੂ ਨੇ ਪਿੱਛੇ ਜੇ ਕਹਿਤਾ ਸੀ, ਤੁਸੀਂ ਦੇਖਿਆ ਹੋਊਗਾ ਹਾਸੇ ਹਾਸੇ ਦੇ ਵਿੱਚ, ਹਾਲਾਂਕਿ ਤੰਜ ਉਹ ਮੋਦੀ ਤੇ ਸੀ ਪਰ ਰਾਹੁਲ ਵੀ ਬੈਠਾ ਸੀ, ਉਹ ਕਹਿੰਦਾ ਵੀ ਐਸਾ ਪ੍ਰਧਾਨ ਮੰਤਰੀ ਉਮੀਦਵਾਰ ਬਣਾਇਆ ਜਾਊਗਾ, ਪਰ ਵਿਆਹ ਜ਼ਰੂਰੀ ਹੈ, ਕਹਿੰਦਾ ਉਹਦੇ ਵਾਸਤੇ ਵਿਆਹਿਆ ਹੋਣਾ ਚਾਹੀਦਾ, ਨਹੀਂ ਤਾਂ ਫਿਰ ਕਹਿੰਦਾ ਜਿਹੜਾ ਬਿਨਾਂ ਵਿਆਹਿਆ ਹੁੰਦਾ ਉਹ ਤੰਗ ਪਰੇਸ਼ਾਨ ਕਰਦਾ ਦੇਸ਼ ਦੀ ਜਨਤਾ। ਰਾਹੁਲ ਵੀ ਸੀ ਉੱਥੇ, ਹਾਸੇ 'ਚ ਗੱਲ ਕਹੀ ਸੀ, ਪਰ ਇਸ਼ਾਰਾ ਲਾਲੂ ਦਾ ਸਾਫ਼ ਸੀਗਾ ਵੀ ਕੋਈ ਹੋਰ ਬੰਦਾ ਆਉਣਾ ਚਾਹੀਦਾ, ਇਹਨੂੰ ਲਾਗੇ ਕਰ ਦਿਓ, ਭਾਵੇਂ ਉਹਨੇ ਮਜ਼ਾਕ ਵਿਅੰਗ ਦੇ ਵਿੱਚ ਇਹ ਗੱਲ ਕਹੀ ਸੀ। ਉਹ ਉੱਥੇ ਵੀ ਗੱਲ ਇਹਨਾਂ ਦੀ ਹੁਣ ਕਿੱਥੇ ਸਿਰੇ ਚੜ੍ਹਦੀ ਹੈ, ਕਿੰਨੀਆਂ ਪਾਰਟੀਆਂ ਨਾਲ ਰਲਦੀਆਂ ਨੇ, ਕਿਹਨਾਂ ਮੁੱਦਿਆਂ ਦੇ ਉੱਤੇ ਸਹਿਮਤੀ ਬਣਦੀ, ਕਿਹਨਾਂ 'ਤੇ ਨਹੀਂ ਬਣਦੀ, ਕਿੰਨਿਆਂ 'ਤੇ ਬਣਦੀ ਹੈ, ਠੀਕ ਹੈ। ਉਹ ਸਾਰਾ ਕੁਛ ਅੱਜ ਸ਼ਾਇਦ ਮੀਟਿੰਗ ਦੇ ਵਿੱਚ ਤੈਅ ਹੋ ਜਾਣਾ ਹੈ, ਔਰ ਮੇਰੇ ਖਿਆਲ 50-60% ਜਿਹੜੇ ਹੈਗੇ ਨੇ ਨਤੀਜੇ ਨਿਕਲੇ ਹੋਣਗੇ ਮੀਟਿੰਗ ਦੇ, ਵੀ ਕਿਸ ਤਰ੍ਹਾਂ ਦੀ ਮੀਟਿੰਗ ਰਹੀ ਆ, ਅਤੇ ਕਿਹਨਾਂ ਕਿਹਨਾਂ ਦਾ ਪੱਖ ਜਿਹੜਾ ਹੈਗਾ ਪੋਜ਼ਿਟਿਵ ਰਿਹਾ, ਕਿਹਨਾਂ ਦਾ ਨੈਗੇਟਿਵ ਰਿਹਾ, ਨਿਕਲੇ। ਜੀ ਬਿਲਕੁਲ। ਸੋ ਪਰਵਿੰਦਰ ਜੀ ਬਹੁਤ ਬਹੁਤ ਸ਼ੁਕਰੀਆ ਵਿਚਾਰ ਚਰਚਾ ਦੇ ਵਿੱਚ ਸ਼ਾਮਲ ਹੋਣ ਦੇ ਲਈ, ਧੰਨਵਾਦ। ਸ਼ੁਕਰੀਆ ਪਰਵਿੰਦਰ ਜੀ। ਜੀ ਦੋਸਤੋ, ਮੇਰੇ ਨਾਲ ਜੁੜੇ ਹੋਏ ਸੀ ਸੀਨੀਅਰ ਜਰਨਲਿਸਟ ਪਰਵਿੰਦਰ ਸਿੰਘ ਰਾਏਪੁਰ। ਤੁਸੀਂ ਹਰ ਵਾਰ ਦੀ ਤਰ੍ਹਾਂ ਆਪਣੀ ਫੀਡਬੈਕ ਸਾਨੂੰ ਕਮੈਂਟ ਬਾਕਸ ਵਿੱਚ ਭੇਜ ਸਕਦੇ ਹੋ, ਤੁਹਾਡੇ ਸਵਾਲ, ਤੁਹਾਡੇ ਸੁਝਾਅ ਜਿਹੜੇ ਵੀ ਹੈਗੇ ਨੇ। ਸੋ ਤੁਸੀਂ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ ਲੋਕਲ ਪੰਜਾਬੀ। ਧੰਨਵਾਦ।